ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ETT 5994 ਪੇਪਰ B ਨੂੰ ਟਾਰਗੇਟ ਰੱਖਦੇ ਹੋਏ ਪਾਲਟੀ ਦੇ ਕੁਝ ਮਹੱਤਵਪੂਰਨ MCQ ਡਿਸਕਸ ਕਰਾਂਗੇ ਸੋ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਅਤੇ ਐਂਡ ਤੱਕ ਜਰੂਰ ਦੇਖਣਾ ਹੈ ਕਿਉਂਕਿ ਇੱਕ ਇੱਕ ਕეკਾ ਕੁਸ਼ਨ एग्जाम ਦੇ ਪੁਆਇੰਟ ਆਫ 뷰 ਤੋਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹੇਗਾ ਐਂਡ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤਰ੍ਹਾਂ ਆ ਪੇਪਰ A ਪੰਜਾਬੀ ਨੂੰ ਟਾਰਗੇਟ ਰੱਖਦੇ ਹੋਏ ਟੋਟਲ 8 ਮੌਕ ਟੈਸਟ ਰੈਡੀ ਕੀਤੇ ਗਏ ਹਨ ਠੀਕ ਹੈ ਟੋਟਲ ਆਪਾਂ 8 ਮੋਕ ਟੈਸਟ ਰੈਡੀ ਕੀਤੇ ਨੇ ਹਰੇਕ ਟੈਸਟ ਦੇ ਵਿੱਚ ਤੁਹਾਨੂੰ 100 ਕੁਐਸਚਨ ਪ੍ਰੋਵਾਈਡ ਕੀਤੇ ਜਾਣਗੇ ਐਂਡ ਲਾਸਟ ਤੇ ਜਿਹੜੀ ਆ ਸਰਟੀ ਤੁਹਾਨੂੰ ਦਿੱਤੀ ਜਾਵੇਗੀ ਸੋ ਐਗਜ਼ਾਮ 'ਚ ਜਾਣ ਤੋਂ ਪਹਿਲਾਂ ਮੋਕ ਟੈਸਟ ਲਗਾਉਣੇ ਬਹੁਤ ਹੀ ਜ਼ਰੂਰੀ ਹੁੰਦੇ ਹਨ ਇਹ ਤੁਹਾਨੂੰ ਵੀ ਗੱਲ ਦਾ ਪਤਾ ਹੋਵੇਗਾ ਕਿਉਂਕਿ ਜੇਕਰ ਆਪਾਂ ਮੋਕ ਟੈਸਟ ਨਹੀਂ ਲਗਾਉਂਦੇ ਤਾਂ ਪੇਪਰ ਵਿੱਚ ਆਪਣਾ ਕੌਨਫੀਡੈਂਸ ਲੋ ਹੋ ਜਾਂਦਾ ਹੈ ਐਂਡ ਜਦੋਂ ਆਪਾਂ ਆ ਜਿਹੜੀ OMR ਸ਼ੀਟ ਹੁੰਦੀ ਆ ਉਸ ਨੂੰ ਆਪਾਂ ਫਿਲ ਕਰਦੇ ਤਾਂ ਉੱਥੇ ਕਾਫੀ ਮਿਸਟੇਕ ਹੋਣ ਦੇ ਚਾਂਸ ਵੀ ਵਧ ਜਾਂਦੇ ਹਨ ਬਟ ਜੇਕਰ ਆਪਾਂ ਮੋਕ ਟੈਸਟ ਲਗਾਉਂਦੇ ਚਾਹੇ ਤੁਸੀਂ 5 ਲਵਾਏ ਹੋਣ ਚਾਹੇ 6 ਲਵਾਏ ਹੋਣ ਬਟ ਲਗਾਉਣੇ ਬਹੁਤ ਹੀ ਜ਼ਰੂਰੀ ਜ਼ਰੂਰੀ ਹੁੰਦੇ ਹਨ ਜੇਕਰ ਆਪਾਂ ਮੋਕ ਟੈਸਟ ਲਗਾਉਂਦੇ ਆ ਤਾਂ ਫਿਰ ਗਲਤੀਆਂ ਹੋਣ ਦੇ ਚਾਂਸ ਘੱਟ ਜਾਂਦੇ ਹਨ ਐਂਡ ਪੇਪਰ ਨੂੰ ਆਪਾਂ ਆਸਾਨੀ ਨਾਲ ਟੈਂਪਟ ਕਰ ਸਕਦੇ ਹਾਂ ਤਾਂ ਇਹਨਾਂ ਮੋਕ ਟੈਸਟਾਂ ਦੇ ਵਿੱਚ ਸਾਰਾ ਸਿਲੇਬਸ ਤੁਹਾਨੂੰ ਕਵਰ ਕੀਤਾ ਹੋਇਆ ਹੈ 6 ਟੈਸਟ ਹੋਣਗੇ ਪੇਪਰ A ਨਾਲ ਸੰਬੰਧਿਤ ਅਤੇ ਦੋ ਟੈਸਟ ਤੁਹਾਨੂੰ ਮਿਲਣਗੇ ਆਪਣਾ ਲੋਕ ਸਾਹਿਤ ਅਤੇ ਪੰਜਾਬੀ ਸੱਭਿਆਚਾਰ ਠੀਕ ਹੈ ਦੋ ਟੈਸਟ ਤੁਹਾਨੂੰ ਉਹ ਪ੍ਰੋਵਾਈਡ ਕੀਤੇ ਜਾਣਗੇ ਟੋਟਲ ਹੋਣਗੇ 8 ਟੈਸਟ ਠੀਕ ਹੈ ਜੇਕਰ ਤੁਸੀਂ ਆਪਣੇ ਕੋਲ ਇਹ ਟੈਸਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰਨਾ ਹੈ 95173 डबल 4 544 ਜਾਂ ਤਾਂ ਤੁਸੀਂ ਮੈਨੂੰ ਕਾਲ ਕਰਨੀ ਹੈ ਇਸ ਨੰਬਰ ਤੇ ਜਾਂ ਤਾਂ ਤੁਸੀਂ ਮੈਨੂੰ ਵਟਸਐਪ ਥਰੂ ਮੈਸੇਜ ਵੀ ਕਰ ਸਕਦੇ ਹੋ ਐਂਡ ਇਹਨਾਂ ਦੀ ਸਿਰਫ ਜਿਹੜੀ ਫੀਸ ਰੱਖੀ ਗਈ ਹੈ ਬਹੁਤ ਘੱਟ ਫੀਸ ਰੱਖੀ ਗਈ ਹੈ 300 ਰੁਪਏ ਇਹ ਜਿਹੜੀ ਫੀਸ ਆ ਸਿਰਫ ਜਨਵਰੀ ਮਹੀਨਾ ਤੱਕ ਰਹੇਗੀ ਅੱਗੇ ਜਿਹੜੀ ਫੀਸ ਹੈ ਵਿਧਾਈ ਵੀ ਜਾ ਸਕਦੀ ਹੈ ਸੋ ਜਿੰਨਾ ਜਲਦੀ ਹੋ ਸਕੇ ਇਹਨਾਂ ਮੋਕ ਟੈਸਟ ਨੂੰ ਤੁਸੀਂ ਬਾਏ ਕਰਨਾ ਐਂਡ ਜੇਕਰ ਤੁਸੀਂ ਮੋਕ ਟੈਸਟ ਲਗਾ ਲੈਂਦੇ ਹੋ ਤਾਂ ਪੇਪਰ ਜਿਹੜਾ ਤੁਹਾਡਾ 100% ਕੁਆਲੀਫਾਈ ਹੋ ਜਾਵੇਗਾ ਠੀਕ ਹੈ ਪੇਪਰ A ਦਾ ਜਿਹੜਾ ਸਾਰਾ ਸਿਲੇਬਸ ਹੈ ਇਹਨਾਂ ਵਿੱਚ ਕਵਰ ਕੀਤਾ ਵਾ ਐਡ ਜਿਹੜੀ ਵੀ ਤੁਹਾਨੂੰ ਕੋਸ਼ਣ ਨਵੇਂ ਲੱਗਦੇ ਹਨ ਠੀਕ ਹੈ ਜਿਹੜੀ ਤੁਸੀਂ ਥਿਊਰੀ ਵਿੱਚ ਨਹੀਂ ਪੜੇ ਤਾਂ ਉਹਨਾਂ ਨੂੰ ਤੁਸੀਂ ਨੋਟ ਵੀ ਕਰ ਸਕਦੇ ਹੋ ਤਾਂ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਪਹਿਲਾ ਕੋਸ਼ਣ ਦਿੱਤਾ ਗਿਆ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਦੀ ਤਿਰੰਗੇ ਦਾ ਚੁੜਾਈ ਅਤੇ ਲੰਬਾਈ ਦਾ ਅਨੁਪਾਤ ਕੀ ਹੈ ਠੀਕ ਹੈ ਕੋਸ਼ਣ ਨੂੰ ਤੁਸੀਂ ਪੇਪਰ ਦੇ ਵਿੱਚ ਵੀ ਧਿਆਨ ਨਾਲ ਪੜ੍ਹਨਾ ਹੈ ਇੱਥੇ ਪਹਿਲਾਂ ਚੁੜਾਈ ਦਿੱਤੀ ਗਈ ਹੈ ਫਿਰ ਲੰਬਾਈ ਦਿੱਤੀ ਗਈ ਹੈ ਤਾਂ ਲੰਬਾਈ ਅਤੇ ਚੁੜਾਈ ਦਾ ਸਹੀ ਅਨੁਪਾਤ ਹੈਗਾ 2:3 ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਬਟ ਪੇਪਰ ਦੇ ਵਿੱਚ ਐਦਾਂ ਵੀ ਕੋਸ਼ਣ ਪੁੱਛਿਆ ਜਾ ਸਕਦਾ ਹੈ ਕਿ ਪਾਰ ਦਾ ਜਟਰਾ ਰਾਸ਼ਟਰੀ ਝੰਡਾ ਤਿਰੰਗਾ ਹੈਗਾ ਇਹਦੀ ਲੰਬਾਈ ਅਤੇ ਚੁੜਾਈ ਦਾ ਸਹੀ ਅਨੁਪਾਤ ਕੀ ਹੈ ਤਾਂ ਫਿਰ ਪੇਪਰ ਵਿੱਚ ਤੁਸੀਂ ਆਨਸਰ ਟਿੱਕ ਕਰਕੇ ਆਉਣਾ ਹੈ 3:2 ਉੱਤੇ ਤੁਸੀਂ ਕਨਫਿਊਜ਼ ਨਹੀਂ ਹੋਣਾ ਜੇਕਰ ਪਹਿਲਾਂ 브੍ਰੈਥ ਦੇ ਦਿੱਤੀ ਜਾਵੇ ਯਾਨੀ ਕਿ ਚੁੜਾਈ ਦੇ ਦਿੱਤੀ ਜਾਵੇ ਲੈਂਥ ਬਾਅਦ ਦੇ ਵਿੱਚ ਦਿੱਤੀ ਜਾਵੇ ਤਾਂ ਫਿਰ ਦੋ ਨੁਕਾਤ ਤਿੰਨ ਤੁਸੀਂ ਆਂਸਰ ਟਿਕ ਕਰਕੇ ਆਉਣਾ ਹੈ ਇਸ ਤੋਂ ਬਾਅਦ ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਝੰਡੇ ਤਿਰੰਗੇ ਨੂੰ ਜਿਹੜਾ ਅਪਣਾਇਆ ਗਿਆ ਸੀਗਾ ਕਦੋਂ ਅਪਣਾਇਆ ਗਿਆ ਸੀਗਾ 22 ਜੁਲਾਈ 1947 ਨੂੰ ਠੀਕ ਹੈ ਇਸ ਗੱਲ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ 22 ਜੁਲਾਈ 1947 ਨੂੰ ਸੰਵਿਧਾਨ ਸਭਾ ਦੁਆਰਾ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਅਡਾਪਟ ਕੀਤਾ ਗਿਆ ਸੀ ਜਾਂ ਅਪਣਾਇਆ ਗਿਆ ਸੀ ਇਸ ਗੱਲ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ ਨੈਕਸਟ ਆਪਣਾ ਕੁਸ਼ਨ ਹੈਗਾ ਕਿਹੜੇ ਅਧिनियम ਦੇ ਤਹਿਤ ਬੰਗਾਲ ਦਾ ਜਿਹੜਾ ਗਵਰਨਰ ਜਨਰਲ ਸੀਗਾ ਹੁਣ ਪਾਰਤ ਦਾ ਗਵਰਨਰ ਜਨਰਲ ਕਹਾਉਣ ਲੱਗਿਆ ਸੀ ਆਹ ਕੁਐਸਚਨ ਬਹੁਤ ਹੀ ਵਾਰ ਐਗਜ਼ਾਮਸ 'ਚ ਰਿਪੀਟ ਹੁੰਦਾ ਸੋ ਧਿਆਨ ਵਿੱਚ ਤੁਸੀਂ ਜ਼ਰੂਰ ਰੱਖਣਾ ਹੈ ਤਾਂ ਇੱਥੇ கரੈਕਟ ਆਨਸਰ ਬਣੇਗਾ ਚਾਰਟਰ ਅਧिनियम 1833 ਠੀਕ ਆ ਚਾਰਟਰ ਅਧिनियम ਜਿਹੜਾ 1833 ਸੀਗਾ ਇਸ ਤਹਿਤ ਜਿਹੜਾ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਬਣਦਾ ਸੀਗਾ ਉਹ ਹੁਣ ਪਾਰ ਦਾ ਗਵਰਨਰ ਜਨਰਲ ਕਹਾਉਣ ਲੱਗਿਆ ਸੀ ਤਾਂ ਡੀ ਇੱਥੇ கரੈਕਟ ਆਨਸਰ ਬਣੇਗਾ ਨੈਕਸਟ ਆਪਣਾ ਕੁਐਸਚਨ ਹੈਗਾ ਕਿਹੜੇ ਐਕਟ ਦੇ ਤਹਿਤ ਗਵਰనర్ ਜਨਰਲ ਨੂੰ ਵਾਇਸ ਰਾਏ ਦੀ ਉਪਾਧੀ ਮਿਲੀ ਸੀਗੀ ਠੀਕ ਹੈ ਵਾਇਸ ਰਾਏ ਤੁਹਾਨੂੰ ਪਤਾ ਹੈ ਪਾਰ ਦਾ ਪਹਿਲਾ ਵਾਇਸ ਰਾਏ ਸੀਗਾ ਕੌਣ ਸੀ ਲਾਰਡ ਕੈਨਿੰਗ ਠੀਕ ਹੈ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ অপਸ਼ਨ ਨੰਬਰ ਏ ਯਾਨੀ ਕਿ ਪਾਰਤ ਸਰਕਾਰ ਅਧਨਿਯਮ 1858 ਦੇ ਤਾਤ ਠੀਕ ਹੈ ਪਾਰ ਦਾ ਪਹਿਲਾ ਵਾਇਸ ਰਾਏ ਬਣਿਆ ਸੀ ਲਾਰਡ ਕੈਨਿੰਗ ਐਡ ਉਦੋਂ ਤਹੀ ਵਾਇਸਰਾਏ ਦੀ ਪਾਦੀ ਮਿਲਦੀ ਹੈ ਭਾਰਤ ਸਰਕਾਰ ਅਧਨਿਯਮ 1858 ਦੇ ਤਹਿਤ ਇਹ ਇਥੇ கரਕਟ ਆਸਰ ਬਣ ਜਾਵੇਗਾ ਭਾਰਤੀ ਆਜ਼ਾਦੀ ਦਾ ਮੈਗਨਾ ਕਾਰਟਾ ਵੀ ਇਸ ਐਕਟ ਨੂੰ ਕਿਹਾ ਜਾਂਦਾ ਹੈ ਪੇਪਰ ਦੇ ਵਿੱਚ ਕੋਸ਼ਨ ਬਣੇਗਾ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਐਕਟ ਨੂੰ ਭਾਰਤੀ ਆਜ਼ਾਦੀ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਹੈ ਤਾਂ ਪੇਪਰ ਵਿੱਚ ਤੁਸੀਂ ਆਹ ਸਰਟਿਫਾਈ ਕਰਕੇ ਆਉਣਾ ਹੈ ਭਾਰਤ ਸਰਕਾਰ ਅਧਨਿਯਮ 1858 ਠੀਕ ਹੈ ਇਸ ਗਾਣੋ ਤੁਸੀਂ ਟੈਨ ਵਿੱਚ ਰੱਖਣਾ ਜਿੰਨੇ ਵੀ ਮੈਂ ਤੁਹਾਨੂੰ ਕੁਸ਼ਣ ਕਰਾਉਂਦਾ ਹੋਣਾ ਤੇ ਇਹਨਾਂ ਨੂੰ ਤੁਸੀਂ ਮੋਕ ਟੈਸਟ ਦੀ ਤਰ੍ਹਾਂ ਵੀ ਲਗਾ ਸਕਦੇ ਹੋ ਐਡਾ ਲਾਸਟ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਕੁਸ਼ਣਾਂ ਦੇ ਵਿੱਚੋਂ ਤੁਹਾਡੇ ਕਿੰਨੇ ਕੁਸ਼ਣਾਂ ਦੇ ਆਨਸਰ ਬਿਲਕੁਲ ਸਹੀ ਗਏ ਹਨ ਠੀਕ ਹੈ ਐਮ ਸੀ ਕੁਲ ਗਾਉਣ ਦਾ ਇਹੀ ਫਾਇਦਾ ਹੁੰਦਾ ਹੈ ਕਿ ਆਪਾਂ ਆਪਣਾ ਲੈਵਲ ਵੀ ਚੈੱਕ ਕਰ ਸਕਦੇ ਹਾਂ ਜਿਹੜੀ ਚੀਜ਼ ਆਪਾਂ ਨੂੰ ਨਵੀਂ ਪਤਾ ਲੱਗਦੀ ਤਾਂ ਉਸ ਨੂੰ ਤੁਸੀਂ ਨੋਟ ਵੀ ਕਰ ਸਕਦੇ ਹੋ ਜੇਕਰ ਤੁਸੀਂ ਥਿਊਰੀ ਬਹੁਤ ਵਧੀਆ ਟੰਗ ਰਣ ਪਈ ਹੋਈ ਆ ਤਾਂ ਜਿੰਨੀਆਂ ਵੀ ਆਪਣੀਆਂ ਵੀਡੀਓਜ਼ ਹਨ ਚੈਨਲ ਦੇ ਉੱਪਰ ਉਹਨਾਂ ਨੂੰ ਤੁਸੀਂ ਵਾਰ-ਵਾਰ ਦੇਖੋ ਕਾਫੀ ਤੁਹਾਨੂੰ ਕੁਸ਼ਨ ਦੇਖਣ ਨੂੰ ਮਿਲਣਗੇ 8 ਲਿਖਾਂ ਦੇ ਵਿੱਚੋਂ ਕਿਹੜਾ ਕੰਮ 1935 ਐਕਟ ਦੇ ਤਹਿਤ ਨਹੀਂ ਹੋਇਆ ਸੀਗਾ ਤਾਂ ਇੱਥੇ ਨਹੀਂ ਦੀ ਗੱਲ ਕੀਤੀ ਗਿਆ ਪੇਪਰ ਵਿੱਚ ਵੀ ਤੁਸੀਂ ਕੁਸ਼ਨ ਧਿਆਨ ਨਾਲ ਪੜ੍ਹਨਾ ਹੈ ਐਂਡ ਤੱਕ ਪੜ੍ਹਨਾ ਹੈ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਪਹਿਲੀ ਵਾਰ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਮਿਲੀ ਸੀ ਇਹ ਕੰਮ ਨਹੀਂ ਹੋਇਆ ਸੀ 1935 ਐਕਟ ਦੇ ਤਹਿਤ ਠੀਕ ਹੈ ਬਾਕੀ ਸਾਰੇ ਕੰਮ ਹੋਏ ਸਨ 1935 ਐਕਟ ਦੇ ਤਹਿਤ ਇਸ ਅਧਿਨਿਯਮ ਨੂੰ ਸੰਘ ਸੂਚੀ ਸਮਵਰਤੀ ਸੂਚੀ ਅਤੇ ਰਾਜ ਸੂਚੀ ਵਿੱਚ ਵੰਡਿਆ ਗਿਆ ਸੀਗਾ ਠੀਕ ਹੈ ਕੇਂਦਰ ਮੰਡਲ ਵਿੱਚ ਦੋ ਸਦਨ ਬਣਾਏ ਗਏ ਸਨ ਇੱਕ ਵਿਧਾਨ ਸਭਾ ਤੇ ਇੱਕ ਸੌਰੀ ਲੋਕ ਸਭਾ ਤੇ ਰਾਜ ਸਭਾ ਇਸ ਤਰ੍ਹਾਂ ਆ ਭਾਰਤੀ ਪ੍ਰੇਸ਼ਦ ਦਾ ਅੰਤ ਕੀਤਾ ਗਿਆ ਸੀਗਾ ਠੀਕ ਹੈ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਭਾਰਤੀ ਪ੍ਰੇਸ਼ਦ ਅਧਿਨਿਯਮ 1861 ਦੇ ਤਹਿਤ ਮਿਲੀ ਸੀਗੀ ਤੁਹਾਨੂੰ ਪਤਾ ਹੈ ਜਿਹੜਾ ਆਰਡੀਨੈਂਸ ਹੁੰਦਾ ਹੈ ਠੀਕ ਹੈ ਜਦੋਂ ਕੋਈ ਕਾਨੂੰਨੀ ਬੰਦਾ ਐਮਰਜੈਂਸੀ ਸਮੇਂ ਕੋਈ ਕਾਨੂੰਨ ਬਣਾਉ ਹੋਵੇ ਤਾਂ ਉਹ ਸਮੇਂ ਪਾਰ ਦਾ ਰਾਸ਼ਟ੍ਰਪਤੀ ਆਰਡੀਨੈਂਸ ਜਾਰੀ ਕਰ ਸਕਦਾ ਹੈ ਠੀਕ ਹੈ ਰਾਸ਼ਟ੍ਰਪਤੀ ਆਰਡੀਨੈਂਸ ਜਾਰੀ ਕਰ ਸਕਦਾ ਹੈ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ ਨੈਕਸਟ ਆਪਾਂ ਕੁਸ਼ਨ ਵੱਲ ਮੂਵ ਕਰਦੇ ਹਾਂ ਹਾਂਜੀ ਅੱਗੇ ਜਿੰਨੇ ਵੀ ਤੁਹਾਨੂੰ ਕੁਸ਼ਨ ਕਰਾਵਾਂਗੇ ਬਹੁਤ ਮਹੱਤਵਪੂਰਨ ਹੋਣਗੇ ਆਜ਼ਾਦ ਭਾਰਤ ਦੇ ਪਹਿਲੇ ਸਿਹਤ ਮੰਤਰੀ ਕੌਣ ਸਨ ਠੀਕ ਹੈ ਸਿਹਤ ਮੰਤਰੀ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਆਜ਼ਾਦ ਭਾਰਤ ਦੇ ਜਿਹੜੇ ਪਹਿਲੇ ਸਿਹਤ ਮੰਤਰੀ ਬਣੇ ਸਨ ਉਹ ਬਣੇ ਸਨ ਆਪਸ਼ਨ ਨੰਬਰ A ਯਾਨੀ ਕਿ ਰਾਜਕੁਮਾਰੀ ਅਮਰਤ ਕੌਰ ਰਾਜਕੁਮਾਰੀ ਅਮਰਤ ਕੌਰ ਭਾਰਤ ਦੇ ਜਿਹੜੇ ਪਹਿਲੇ ਸਿਹਤ ਮੰਤਰੀ ਬਣੇ ਸਨ ਆਜ਼ਾਦ ਭਾਰਤ ਦੇ ਇਹ ਇੱਥੇ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਹਾਂਜੀ ਜੇਕਰ ਵੀਡੀਓ ਹੈਲਪਫੁੱਲ ਲੱਗ ਰਹੀ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਐਂਡ ਲਾਈਕ ਵੀ ਕਰ ਦਿਓ ਜੇਕਰ ਲਾਈਕ ਨਹੀਂ ਕੀਤਾ ਤਾਂ ਪਲੀਜ਼ ਲਾਈਕ ਤੁਸੀਂ ਜ਼ਰੂਰ ਕਰਨਾ ਹੈ ਭਾਰਤੀ ਸੰਵਿਧਾਨ ਦੇ ਵਿੱਚ ਸੰਗਾਤਮਕ ਸ਼ਾਸਨ ਵਿਵਸਥਾ ਦੀ ਆਪਾਂ ਜਾਣਕਾਰੀ ਕਿਹੜੇ ਦੇਸ਼ ਤੋਂ ਲਈਆ ਕੈਨੇਡਾ ਅਮਰੀਕਾ ਜਰਮਨੀ ਜਾਂ ਇਟਲੀ ਤਾਂ ਭਾਰਤੀ ਸੰਵਿਧਾਨ ਦੇ ਵਿੱਚ ਸੰਗਾਤਮਕ ਸ਼ਾਸਨ ਦੀ ਵਿਵਸਥਾ ਜਿਹੜੀ ਆਪਾਂ ਲਈਆ ਇਹ ਆਪਾਂ ਕੈਨੇਡਾ ਦੇਸ਼ ਤੋਂ ਲਈਆ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਕੈਨੇਡਾ ਦੇਸ਼ ਇਸ ਤਰ੍ਹਾਂ ਬਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜਿਹੜਾ ਅਮਰੀਕਾ ਦੇਸ਼ ਹੋ ਗਿਆ ਇੱਥੋਂ ਆਪਾਂ ਮੂਲ ਅਧਿਕਾਰ ਸੰਬੰਧੀ ਜਾਣਕਾਰੀ ਲਈ ਹੈ ਰਾਸ਼ਟਰਪਤੀ ਦੀ ਪੋਸਟ ਹੋਗੀ ਉਪਰਾਸ਼ਟਰਪਤੀ ਦੀ ਪੋਸਟ ਬਾਰੇ ਜਾਣਕਾਰੀ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦੀ ਜਾਣਕਾਰੀ ਵੀ ਆਪਾਂ ਅਮਰੀਕਾ ਦੇਸ਼ ਤੋਂ ਲਈ ਹੈ ਜਰਮਨੀ ਤੋਂ ਆਪਾਂ ਐਮਰਜੈਂਸੀ ਦੀ ਪਾਪਰ ਲਈ ਹੈ ਠੀਕ ਹੈ ਕਿੱਥੋਂ ਲਈ ਹੈ ਜਰਮਨੀ ਦੇਸ਼ ਤੋਂ ਇਸ ਗੱਲ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ ਨੈਕਸਟ ਸੰਵਿਧਾਨ ਦੀ 9ਵੀਂ ਅਣਸੂਚੀ ਦੇ ਵਿੱਚ ਅਣਸੂਚਿਤ ਜਾਤੀਆਂ ਅਤੇ ਅਣਸੂਚਿਤ ਜਨ ਜਾਤੀਆਂ ਦੇ ਪ੍ਰਸ਼ਾਸਨ ਸੰਬੰਧੀ ਜਾਣਕਾਰੀ ਮਿਲਦੀ ਹੈ 4ਵੀਂ 5ਵੀਂ 6ਵੀਂ ਜਾਂ 7ਵੀਂ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ B یعنی 5ਵੀਂ 5ਵੀਂ ਅਣਸੂਚੀ ਦੇ ਵਿੱਚ ਅਣਸੂਚਿਤ ਜਨ ਜਾਤੀਆਂ ਤੇ ਅਣਸੂਚਿਤ ਜਾਤੀਆਂ ਦੇ ਜਿੰਨਾ ਵੀ ਉੱਥੇ ਦਾ ਪ੍ਰਸ਼ਾਸਨ ਹੁੰਦਾ ਹੈ ਉਹਨਾਂ ਨੂੰ ਚਲਾਉਣ ਸੰਬੰਧੀ ਜਾਣਕਾਰੀ ਮਿਲਦੀ ਹੈ B ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ B 5ਵੀਂ ਅਣਸੂਚੀ ਟੋਟਲ ਅਨੁਸੂਚੀਆਂ ਦੀ ਗਿਣਤੀ ਕਿੰਨੀ ਹੈਗੀ ਹੈ ਵਰਤਮਾਨ ਸਮੇਂ ਦੇ ਵਿੱਚ 12 ਹੈਗੀ ਹੈ ਇਹ ਗੱਲ ਤਾਂ ਤੁਹਾਨੂੰ ਹਰੇਕ ਵਿਦਿਆਰਥੀ ਨੂੰ ਪਤਾ ਹੋਵੇਗਾ ਠੀਕ ਹੈ ਇਸ ਤਰ੍ਹਾਂ ਮੂਲ ਸੰਵਿਧਾਨ ਦੇ ਵਿੱਚ ਅਨੁਸੂਚੀਆਂ ਦੀ ਗਿਣਤੀ ਕਿੰਨੀ ਸੀਗੀ ਮੂਲ ਸੰਵਿਧਾਨ ਦੇ ਵਿੱਚ ਅਨੁਸੂਚੀਆਂ ਦੀ ਗਿਣਤੀ ਸੀਗੀ 8 ਐਂਡ ਮੂਲ ਸੰਵਿਧਾਨ ਦੇ ਵਿੱਚ ਸੰਵਿਧਾਨ ਤੇ ਟੋਟਲ 22 ਭਾਗ ਸਨ 395 ਅਨੁਛੇਦ ਸਨ ਠੀਕ ਹੈ ਹੁਣ ਕਿੰਨੇ ਭਾਗ ਹਨ ਆਪਣੇ ਭਾਗ ਹਨ ਸੰਵਿਧਾਨ ਦੇ ਵਿੱਚ 25 ਠੀਕ ਹੈ ਜੇਕਰ ਅਨੁਛੇਦ ਪੁੱਛ ਲਿਆ ਤਾਂ 465 ਪਲੱਸ ਅਨੁਛੇਦ ਹਨ ਐਂਡ 12 ਆਪਣੇ ਕੋਲ ਅਨੁਸੂਚੀਆਂ ਹਨ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ। ਇਗਜ਼ਾਮ ਦੇ ਵਿੱਚ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਸੋ ਪੁਆਇੰਟ ਹਰੇਕ ਧਿਆਨ ਵਿੱਚ ਰੱਖਣਾ ਹੈ। ਨੈਕਸਟ ਆਪਾਂ ਕੁਐਸਚਨ ਵੱਲ ਮੂਵ ਕਰਦੇ ਹਾਂ। ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਚੋਣਾਂ ਕਰਾਉਣ ਸੰਬੰਧੀ ਆਪਾਂ ਨੂੰ ਜਾਣਕਾਰੀ ਮਿਲਦੀ ਹੈ? ਸੋ ਚੋਣਾ ਕ੍ਰਾਊਨ ਸੰਬੰਧੀ ਜਾਣਕਾਰੀ ਇੱਥੇ ਗੱਲ ਕੀਤੀ ਗਈ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਆਪਸ਼ਨ ਨੰਬਰ ਸੀ ਬਣੇਗਾ 15 15 ਨੰਬਰ ਜਿਹੜਾ ਪਾਗ ਹੈਗਾ ਇਹਦੇ ਵਿੱਚੋਂ ਚੋਣਾ ਕ੍ਰਾਊਨ ਸੰਬੰਧੀ ਜਾਣਕਾਰੀ ਮਿਲਦੀ ਹੈ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਇੱਕ ਕੁਐਸਚਨ ਬਣਦਾ ਹੈ ਪੇਪਰ ਦੇ ਵਿੱਚ ਕਿ ਜਿਹੜੀਆਂ ਰਾਜ ਦੀਆਂ ਸੌਰੀ ਪੰਚਾਇਤੀ ਜਿਹੜੀਆਂ ਚੋਣਾ ਹੁੰਦੀਆਂ ਹਨ ਇਹਨਾਂ ਨੂੰ ਕੌਣ ਕਰਾਉਂਦਾ ਹੈ ਕਿ ਇਹਨਾਂ ਨੂੰ ਕੇਂਦਰ ਸਰਕਾਰ ਕਰਾਉਂਦੀ ਹੈ ਜਾਂ ਰਾਜ ਸਰਕਾਰ ਤਾਂ ਪੇਪਰ ਵਿੱਚ ਹਮੇਸ਼ਾ ਤੁਸੀਂ ਆਨਸਰ ਟਿੱਕਰ ਕਰਨਾ ਹੈ ਇਹਨਾਂ ਨੂੰ ਰਾਜ ਸਰਕਾਰ ਠੀਕਾ ਕਰਾਉਂਦੀ ਆ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਇਹਨਾਂ ਨੂੰ ਰਾ ਸਰਕਾਰੀ ਕਰਾਉਂਦੀ ਹੈ ਇਸ ਗੱਲ ਨੂੰ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਨੈਕਸਟ ਅਨੁਸ਼ੇਦ 324 ਤੋਂ ਲੈ ਕੇ 329 ਤੱਕ ਚੋਣਾਂ ਸੰਬੰਧੀ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਠੀਕ ਹੈ ਅਨੁਸ਼ੇਦ 324 ਤੋਂ ਲੈ ਕੇ 329 ਤੱਕ ਵੈਸੇ ਇਹ ਕੁਸ਼ਣ ਪੁੱਛਿਆ ਜਾਂਦਾ ਹੈ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਅਨੁਸ਼ੇਦ ਦੇ ਵਿੱਚ ਚੋਣਾਂ ਕਰਾਉਣ ਸੰਬੰਧੀ ਜਾਣਕਾਰੀ ਮਿਲਦੀ ਹੈ ਉੱਥੇ ਆਪਸ਼ਨ ਦੇ ਵਿੱਚ ਹੋਵੇਗਾ 324 ਤਾਂ ਉਹ ਤੁਸੀਂ ਆਂਸਰ ਟਿਕ ਕਰਕੇ ਆਉਣਾ ਹੈ ਨੈਕਸਟ ਸੰਵਿਧਾਨ ਦੇ ਕਿਹੜੇ ਭਾਗ ਨੂੰ ਸੰਵਿਧਾਨ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਹੈ ਦੂਜਾ ਤੀਜਾ ਸੌਰੀ ਦੂਜਾ ਚੌਥਾ ਪੰਜਵਾਂ ਜਾਂ ਤੀਜਾ ਤਾਂ ਤੁਹਾਨੂੰ ਪਤਾ ਹੋਵੇਗਾ ਸੰਵਿਧਾਨ ਦਾ ਜਿਹੜਾ ਤੀਜਾ ਭਾਗ ਹੈਗਾ ਠੀਕ ਹੈ ਤੀਜਾ ਭਾਗ ਤੁਹਾਨੂੰ ਪਤਾ ਹੈ ਜੀ ਦੇ ਵਿੱਚ ਫੰਡਾਮੈਂਟਲ ਰਾਈਟਸ ਦੀ ਗੱਲ ਕੀਤੀ ਗਈ ਜਾਨੀ ਕਿ ਆਪਣੇ ਮੂਲ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਤਾਂ ਇਸ ਨੂੰ ਸੰਵਿਧਾਨ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਹੈ ਡੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਠੀਕ ਹੈ 12 ਤੋਂ ਲੈ ਕੇ 35 ਤੱਕ ਜਿੰਨੇ ਵੀ ਆਰਟੀਕਲ ਹਨ ਉਹ ਕਿਨਾਂ ਨਾਲ ਸੰਬੰਧਤ ਹਨ ਉਹ ਹਨ ਆਪਣੇ ਭਾਗ ਤੀਜੇ ਨਾਲ ਯਾਨਕਿ ਮੂਲ ਅਧਿਕਾਰਾਂ ਨਾਲ ਸੰਬੰਧਨ 12 ਤੋਂ ਲੈ ਕੇ 35 ਤੱਕ ਜਿੰਨੇ ਵੀ ਆਰਟੀਕਲ ਹਨ ਸੋ ਇਸ ਗੱਲ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਐਡ ਮੂਲ ਅਧਿਕਾਰਾਂ ਸੰਬੰਧੀ ਜਿਹੜੀ ਜਾਣਕਾਰੀ ਹੈ ਉਹ ਆਪਾਂ ਅਮਰੀਕਾ ਦੇਸ਼ ਤੋਂ ਲਈ ਹੈ ਨੈਕਸਟ ਆਪਾਂ ਦੇਖਦੇ ਹਾਂ ਦੂਜਾ ਭਾਗ ਨਾਗਰਿਕਤਾ ਦੇ ਨਾਲ ਸੰਬੰਧਿਤ ਯਾਨੀ ਕਿ ਸਿੰਗਲ ਸਟੀਟਿਸ਼ਿਪ ਦੇ ਨਾਲ ਸੰਬੰਧਿਤ ਹੈ ਭਾਰਤੀ ਸੰਵਿਧਾਨ ਦਾ ਦੂਜਾ ਭਾਗ ਕਿਉਂਕਿ ਆਪਣੇ ਭਾਰਤ ਵਿੱਚ ਸਿੰਗਲ ਸਟੀਟਿਸ਼ਿਪ ਹੈ ਐਂਡ ਸਿੰਗਲ ਸਟੀਟਿਸ਼ਿਪ ਦੀ ਜਿਹੜੀ ਜਾਣਕਾਰੀ ਹੈ ਉਹ ਆਪਾਂ ਇੰਗਲੈਂਡ ਦੇਸ਼ ਤੋਂ ਲਈ ਹੈ ਯਾਨੀ ਕਿ ਯੂਕੇ ਤੋਂ ਲਈ ਹੈ ਰਾਜ ਪੁਨਰਗਠਨ ਅਧਿਨਿਯਮ 1956 ਦੇ ਤਹਿਤ ਕਿੰਨੇ ਰਾਜ ਹੋਣ ਦੇ ਵਿੱਚ ਆਏ ਸਨ ਆਹ ਕੁਐਸ਼ਨ ਪੱਕਾ ਹੀ ਇਗਜ਼ਾਮ ਦੇ ਵਿੱਚ ਆਉਂਦੀ ਪੌਸਿਬਿਲਿਟੀ ਰਹੇਗੀ। ਇਹ ਕੁਐਸ਼ਨ ਹਰ ਵਾਰੀ ਪੇਪਰ ਦੇ ਵਿੱਚ ਮਿਲਦਾ ਹੈ। ਰਾਜ ਪੁਨਰਗਠਨ ਅਧਿਨਿਯਮ ਕਦੋਂ ਬਣਿਆ ਸੀ? 1956 ਦੇ ਵਿੱਚ ਬਣਿਆ ਸੀ। ਠੀਕ ਹੈ? ਤਾਂ ਇਸ ਦੇ ਤਾਅ ਤੇ ਕਿੰਨੇ ਰਾਜ ਹੋਣ ਦੇ ਵਿੱਚ ਆਏ ਸਨ? ਤਾਂ ਪੇਪਰ ਵਿੱਚ ਆਹ ਸਰਟ ਠੀਕ ਕਰਕੇ ਆਉਣਾ ਹੈ। 14 ਰਾਜ ਹੋਣਤ ਦੇ ਵਿੱਚ ਆਏ ਸਨ। ਰਾਜ ਪੁਨਰਗਠਨ ਜਿਹੜਾ ਅਧਿਨਿਯਮ ਬਣਾ ਸੀਗਾ ਇਹ ਪਾਸ਼ਾ ਦੇ ਅਧਾਰ ਤੇ ਰਾਜਾਂ ਨੂੰ ਵੰਡਣਾ ਇਸ ਅਦਾਰਤੇ ਇਹਦਾ ਗਠਨ ਕੀਤਾ ਗਿਆ ਸੀ ਠੀਕ ਹੈ ਇਸ ਤੋਂ ਇਲਾਵਾ ਪੰਜ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਸਨ ਉਦੋਂ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਸਨ ਪੰਜ ਬਣੇ ਸਨ ਨੈਕਸਟ ਇਸ ਅਯੋਗ ਦੇ ਚੇਅਰਮੈਨ ਫਜ਼ਲ ਅਲੀ ਸਨ ਕੌਣ ਸਨ ਇਸ ਅਯੋਗ ਦੇ ਚੇਅਰਮੈਨ ਸਨ ਫਜ਼ਲ ਅਲੀ ਇਸ ਕਰਕੇ ਫਜ਼ਲ ਅਲੀ ਕਮਿਸ਼ਨ ਵੀ ਕਿਹਾ ਜਾਂਦਾ ਹੈ ਠੀਕ ਹੈ ਇਸ ਅਧਨੀਆਂ ਨੂੰ 1956 ਵਾਲੇ ਨੂੰ ਨੈਕਸਟ ਭਾਰਤ ਦੇ ਵਿੱਚ ਕਿਹੜੇ ਤਰੀਕੇ ਹਨ ਨਾਗਰਿਕਤਾ ਦੀ ਅ ਨਾਗਰਿਕਤਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਨਾਗਰਿਕਤਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਤਾਂ ਇੱਥੇ ਜਿਹੜਾ கரੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿpropto ਤਿੰਨ ਨੂੰ ਯਾਨੀ ਕਿ ਵੰਸ਼ ਅਨੁਸਾਰ ਪੰਜੀਕਰਨ ਦੁਆਰਾ ਜਨਮ ਦੇ ਆਧਾਰ ਤੇ ਠੀਕ ਹੈ ਦੇਸੀਕਰਨ ਦੁਆਰਾ ਵੀ ਆਪਾਂ ਨਾਗਰਿਕਤਾ ਦੀ ਪ੍ਰਾਪਤੀ ਕਰ ਸਕਦੇ ਹਾਂ ਤਾਂ ਇੱਥੇ ਡੀ ਬਿਲਕੁਲ ਸਹੀ ਆਨਸਰ ਬਣੇਗਾ ਵੰਸ਼ ਦੇ ਅਨੁਸਾਰ ਪੰਜੀਕਰਨ ਦੁਆਰਾ ਤੇ ਜਨਮ ਦੇ ਆਧਾਰ ਤੇ ਇਹਨਾਂ ਤਰੀਕਿਆਂ ਨਾਲ ਨਾਗਰਿਕਤਾ ਨੂੰ ਪਾਰ ਦੇ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਡੀ ਇੱਥੇ கரੈਕਟ ਆਨਸਰ ਬਣੇਗਾ ਨਾਗਰਿਕਤਾ ਸੰਬੰਧੀ ਜਾਣਕਾਰੀ ਮਿਲਦੀ ਆ ਆਰਟੀਕਲ 5 ਤੋਂ ਲੈ ਕੇ 11 ਦੇ ਵਿੱਚਕਾਰ ਠੀਕ ਹੈ ਇਹ ਸਾਰੇ ਨਿਸ਼ੇਧ ਕੀਤੇ ਨਾਲ ਸੰਬੰਧਨ ਸਿੰਗਲ ਸਟੀਜ ਸ਼ਿਪ ਦੇ ਨਾਲ ਸੰਬੰਧਿਤ ਹਨ ਸੋਸ਼ਣ ਦੇ ਵਿਰੁੱਧ ਅਧਿਕਾਰ ਕਿਹੜੇ ਅਨੁਛੇਦ ਵਿੱਚ ਮਿਲਦਾ ਹੈ ਸੋਸ਼ਣ ਦੇ ਵਿਰੁੱਧ ਅਧਿਕਾਰ ਸੋ ਫੰਡਾਮੈਂਟਲ ਰਾਜਸ ਵਿੱਚੋਂ ਆਪਣੇ 2 ਤੋਂ 3 ਕੁਐਸਚਨ ਪੇਪਰ ਵਿੱਚ ਦੇਖਣ ਨੂੰ ਮਿਲਣਗੇ ਠੀਕ ਹੈ ਸੋ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ ਪੁਆਇੰਟ ਇਹ ਵਾਲਾ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ অপਸ਼ਨ ਨੰਬਰ ਇਹ ਯਾਨੀ ਕਿ 23 ਅਤੇ 24 23 ਅਤੇ 24 ਜਿਹੜਾ ਆਰਟੀਕਲ ਹੈਗਾ ਇਹ ਸੋਸ਼ਲ ਦੇ ਵਿਰੁੱਧ ਅਧਿਕਾਰ ਨਾਲ ਸੰਬੰਧਿਤ ਹੈ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਜ਼ਾਦੀ ਦਾ ਅਧਿਕਾਰ 19 ਤੋਂ 22 ਇਸ ਤੋਂ ਬਾਅਦ ਸਮਾਨਤਾ ਅਧਿਕਾਰ 14 ਤੋਂ 18 ਠੀਕ ਹੈ ਇਸ ਤੋਂ ਬਾਅਦ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਮਿਲਦਾ ਆਪਾਂ ਨੂੰ 25 ਤੋਂ ਲੈ ਕੇ 28 ਅਨੁਛੇਦ ਦੇ ਵਿਚਕਾਰ ਨੈਕਸਟ ਸੰਵਿਧਾਨ ਦੇ ਵਿੱਚ ਰਾਜਾਂ ਦੇ ਨੀਤੀ ਦੇ ਨਿਰਦੇਸ਼ ਤਤਾਂ ਦਾ ਜਿਹੜਾ ਸਿਧਾਂਤ ਹੈ ਇਹ ਆਪਾਂ ਕਿਹੜੇ ਦੇਸ਼ ਤੋਂ ਲਿਆ ਹੈ ਤਾ ਤੁਹਾਨੂੰ ਪਤਾ ਹੋਵੇਗਾ ਆਪਣੇ ਸੰਵਿਧਾਨ ਦੇ ਵਿੱਚ ਰਾਜਾਂ ਦੇ ਨੀਤੀ ਦੇ ਨਿਰਦੇਸ਼ਤਾਤਾਪਾਂ ਕਿਹੜੇ ਦੇਸ਼ ਤੋਂ ਲਏ ਹਨ ਜਾਂ ਕਿਹੜੇ ਦੇਸ਼ ਤੋਂ ਸਿਧਾਂਤ ਲਿਆ ਇਹਨਾਂ ਦਾ ਇਹ ਆਪਾਂ ਆਇਰਲੈਂਡ ਦੇਸ਼ ਤੋਂ ਲਿਆ ਹੈ ਬੀ ਬਿਲਕੁਲ ਸਹੀ ਆਨਸਰ ਬਣੇਗਾ ਇਸ ਤਰ੍ਹਾਂਾ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨ ਦੀ ਪ੍ਰਕਿਰਿਆ ਯਾਨਕੀ ਸੰਵਿਧਾਨ ਦੇ ਵਿੱਚ ਕੋਈ ਵੀ ਐਮੈਂਡਮੈਂਟ ਕਰਨੀ ਹੈ ਕੋਈ ਚੀਜ਼ ਨਵੀਂ ਐਡ ਕਰਨੀ ਜਾਂ ਕੋਈ ਚੀਜ਼ ਸੰਵਿਧਾਨ ਦੇ ਵਿੱਚੋਂ ਰਿਮੂਵ ਕਰਨੀ ਹੈ ਤਾਂ ਇਹ ਆਪਾਂ ਪ੍ਰਕਿਰਿਆ ਦੱਖਣੀ ਅਫਰੀਕਾ ਤੋਂ ਲਈ ਹੈ ਦੱਖਣੀ ਅਫਰੀਕਾ ਤੋਂ ਲਈ ਹੈ ਐਂਡ ਕਮੈਂਟ ਬਾਕਸ ਵਿੱਚ ਤੁਸੀਂ ਦੱਸਣਾ ਹੈ ਕਿ ਕਿਹੜੇ ਆਰਟੀਕਲ ਦੇ ਤਾਅਤ ਸੰਵਿਧਾਨ ਦੇ ਵਿੱਚ ਸੰਸ਼ੋਧਨ ਕੀ ਤਾ ਜਾਂਦਾ ਹੈ ਇਹ ਤੁਸੀਂ ਕਮੈਂਨੋ ਕਮੈਂਟ ਬਾਕਸ ਵਿੱਚ ਹਰੇਕ ਵਿਦਿਆਰਥੀ ਨੇ ਜਰੂਰ ਮੈਂਸ਼ਨ ਕਰਕੇ ਦੱਸਣਾ ਹੈ ਬਾਕੀ ਯਾਰ ਮੋਕ ਟੈਸਟ ਵੀ ਤੁਸੀਂ ਜਰੂਰ ਲਾਉਣੇ ਨੇ ਠੀਕ ਹੈ ਵੈਸੇ ਵੀ ਕਾਫੀ ਮਿਹਨਤ ਕਰਕੇ ਮੋਕ ਟੈਸਟ ਤੁਹਾਡੇ ਜੀ ਰੈਡੀ ਕੀਤੇ ਜਾਣ ਕੋਈ ਖਾਸ ਫੀਸ ਨਹੀਂ ਹੈ 300 ਰੁਪਏ 300 ਰੁਪਏ ਵਿੱਚ ਤੁਹਾਨੂੰ 8 ਦੇ 8 ਮੋਕ ਟੈਸਟ ਪ੍ਰੋਵਾਈਡ ਕੀਤੇ ਜਾਣਗੇ ਅੱਗੇ ਹੋਰ ਵੀ ਕਾਫੀ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਕੀਤਾ ਜਾਵੇਗਾ ਮੂੜ ਕਰਤਾਵਾਂ ਦਾ ਉਲੇਖ ਕਿਹੜੇ ਪਾਗ ਦੇ ਵਿੱਚ ਮਿਲਦਾ ਹੈ 4ਏ ਦੇ ਵਿੱਚ 4 ਦੇ ਵਿੱਚ 5 ਦੇ ਵਿੱਚ ਜਾਂ 3 ਦੇ ਵਿੱਚ ਸੋ ਮੂਲ ਕਰਤੱਵ ਦੇ ਜਿਹੜੇ ਹਨ ਤਾਂ ਇਹਨਾਂ ਦਾ ਜਿਹੜਾ ਉਲੇਖ ਮਿਲਦਾ ਹੈ 4A ਦੇ ਵਿੱਚ ਮਿਲਦਾ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਉੱਤੇ 4 ਤੁਸੀਂ ਆਨਸਰ ਨਹੀਂ ਟਿਕ ਕਰਕੇ ਆਉਣਾ ਕੁਸ਼ ਨੂੰ ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਕਿ ਧਿਆਨ ਨਾਲ ਪੜ੍ਹਨਾ ਹੈ ਪੇਪਰ ਦੇ ਵਿੱਚ ਵੀ ਮੂਲ ਕਰਤੱਵਾਂ ਦੀ ਆਪਾਂ ਜਾਣਕਾਰੀ ਜਿਹੜੀ ਆ ਸੌਰੀ ਮੂਲ ਕਰਤੱਵਾਂ ਦੀ ਜਾਣਕਾਰੀ ਆਪਾਂ ਨੂੰ ਮਿਲਦੀ ਹੈ ਅਨੁਸ਼ੇਧ 51A ਦੇ ਵਿੱਚ ਕਿਹਦੇ ਵਿੱਚ 51A ਦੇ ਵਿੱਚ ਮਿਲਦੀ ਹੈ ਇਸ ਤਰ੍ਹਾਂ ਵਰਤਮਾਨ ਸਮੇਂ ਦੇ ਵਿੱਚ ਮੂਲ ਕਰਤੱਵਾਂ ਦੀ ਗਿਣਤੀ ਕਿੰਨੀ ਹੈਗੀ ਹੈ 11 ਹੈਗੀ ਹੈ ਸੋ ਇਸ ਗੱਲ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ ਠੀਕ ਹੈ ਪੇਪਰ ਦੇ ਵਿੱਚ ਕਈ ਵਾਰ ਐਦਾਂ ਕੁਸ਼ਣ ਬਣ ਜਾਂਦਾ ਹੈ ਕਿ ਜਦੋਂ ਸੰਵਿਧਾਨ ਦਾ ਗਠਨ ਹੋਇਆ ਸੀ ਤਾਂ ਉਸ ਸਮੇਂ ਮੂਲ ਕਰਤਾਵਾਂ ਦੀ ਗਿਣਤੀ ਕਿੰਨੀ ਸੀ ਤਾਂ ਉਦੋਂ ਕੋਈ ਵੀ ਮੂਲ ਕਰਤਾਵ ਨਹੀਂ ਸਨ ਕਿਉਂਕਿ ਮੂਲ ਕਰਤਾਵਾਂ ਨੂੰ ਬਾਅਦ ਦੇ ਵਿੱਚ ਸੰਵਿਧਾਨ ਵਿੱਚ ਐਡ ਕੀਤਾ ਗਿਆ ਸੀਗਾ ਜਦੋਂ ਐਡ ਕੀਤਾ ਗਿਆ ਸੀ ਤਾਂ ਉਸ ਸਮੇਂ ਮੂਲ ਕਰਤਾਵਾਂ ਦੀ ਗਿਣਤੀ ਸੀ ਕਿ 10 ਠੀਕ ਹੈ ਬਟ ਹੁਣ ਕਿੰਨੀਆਂ ਹੋਣ ਇਹਨਾਂ ਦੀ 11 ਗਿਣਤੀ ਹੈ ਨੈਕਸਟ ਹੇਟ ਲਿਖਾਂ ਦੇ ਵਿੱਚੋਂ ਕਿਹੜੇ ਰਾਸ਼ਟਰਪਤੀ ਨੇ ਪੋਕਟ VETO ਦਾ ਪ੍ਰਯੋਗ ਕੀਤਾ ਸੀਗਾ ਜੀ ਪਹਿਲਾ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੋਕੇਟ ਵੀਟੋ ਦਾ ਮੀਨਿੰਗ ਕੀ ਹੁੰਦਾ ਹੈ ਸੋ ਇਸ ਗੱਲ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਕਿ ਪੋਕੇਟ ਵੀਟੋ ਦੀ ਵਰਤੋਂ ਕੌਣ ਕਰਦਾ ਹੈ ਥੱਲੇ ਜੇਕਰ ਆਪਸ਼ਨ ਆਉਣ ਰਾਸ਼ਟਰਪਤੀ ਪ੍ਰਧਾਨ ਮੰਤਰੀ ਸੁਪਰੀਮ ਕੋਰਟ ਦਾ ਮੁੱਖ ਜੱਜ ਜਾਂ ਲੋਕ ਸਭਾ ਦਾ ਸਪੀਕਰ ਐ ਤਾਂ ਜੇਕਰ ਤੁਹਾਨੂੰ ਆਪਸ਼ਨ ਮਿਲਦੀਆਂ ਨੇ ਤਾਂ ਪੇਪਰ ਵਿੱਚ ਆਂਸਰ ਟਿਕ ਕਰਕੇ ਆਉਣਾ ਹੈ ਰਾਸ਼ਟਰਪਤੀ ਪੋਕੇਟ ਵੀਟੋ ਦਾ ਪੋਕੇਟ ਵੀਟੋ ਦੀ ਵਰਤੋਂ ਕਰ ਸਕਦਾ ਹੈ ਪੋਕਟ ਵੀਟੋ ਦਾ ਮੀਨਿੰਗ ਹੁੰਦਾ ਹੈ ਜਦੋਂ ਰਾਸ਼ਟਰਪਤੀ ਜਿਹੜਾ ਹੁੰਦਾ ਹੈ ਉਹ ਬਿੱਲ ਦੇ ਪ੍ਰਤੀ ਕੋਈ ਵੀ ਆਦੀ ਸਹਿਮਤੀ ਨਹੀਂ ਜਿਤਾਉਂਦਾ ਯਾਨੀ ਕਿ ਬਿੱਲ ਕਿਸੇ ਵੀ ਸਦਨ ਜਿਉਂ ਪਾਸ ਨਹੀਂ ਹੁੰਦਾ ਲੋਕ ਸਭਾ ਜਾਂ ਰਾਜ ਸਭਾ ਜਾਂ ਕਿਸੇ ਵੀ ਇੱਕ ਸਦਨ ਚੋਂ ਪਾਸ ਨਹੀਂ ਹੁੰਦਾ ਤਾਂ ਜਿਹੜਾ ਰਾਸ਼ਟਰਪਤੀ ਹੁੰਦਾ ਹੈ ਉਹ ਬਿੱਲ ਨੂੰ ਆਪਣੇ ਕੋਲ ਹੀ ਰੱਖ ਲੈਂਦਾ ਹੈ ਉਹਦੇ ਉੱਪਰ ਕੋਈ ਵਾਦੀ ਸਹਿਮਤੀ ਨਹੀਂ ਜਿਤਾਉਂਦਾ ਕਿ ਇਹ ਬਿੱਲ ਪਾਸ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਉਸ ਨੂੰ ਨਾਮ ਦਿੱਤਾ ਜਾਂਦਾ ਹੈ ਪੋਕੇਟ ਵਿਟੋ ਦਾ ਕਈ ਵਾਰ ਕੀ ਹੁੰਦਾ ਹੈ ਉਹ ਬਿੱਲ ਰਾਸ਼ਟਰਪਤੀ ਕੋਲ ਐਤਾ ਹੀ ਰੱਖਿਆ ਜਾਂਦਾ ਹੈ ਯਾਨੀ ਕਿ ਹਮੇਸ਼ਾ ਦੇ ਲਈ ਉਹ ਬਿੱਲ ਰਾਸ਼ਟਰਪਤੀ ਕੋਲ ਰਹਿ ਜਾਂਦਾ ਹੈ ਉਹਦੇ ਉੱਪਰ ਕੋਈ ਵੀ ਸਹਿਮਤੀ ਨਹੀਂ ਜਿਤਾਈ ਜਾਂਦੀ ਤਾਂ ਉਸ ਨੂੰ ਆਪ ਦਿੱਤਾ ਜਾਂਦਾ ਹੈ ਪੋਕੇਟ ਵਿਟੋ ਦਾ ਤਾ ਪੋਕਟ ਵੀਟੋ ਪਾਵਰ ਜਿਹੜੀ ਸੀਗੀ ਇਹ ਪਹਿਲੀ ਵਾਰ ਤਾਂ ਕਿਸ ਨੇ ਵਰਤੋ ਇਹਦੀ ਕੀਤੀ ਸੀ ਤਾਂ ਇਹ ਕੀਤੀ ਸੀ ਗਿਆਨੀ ਜਾਲ ਸਿੰਘ ਨੇ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਨੈਕਸਟ ਨੈਕਸਟ ਆਪਣਾ ਕੋਸ਼ਣ ਹੈਗਾ ਹੁਣ ਤੱਕ ਕਿੰਨੀ ਵਾਰ ਰਾਸ਼ਟਰੀ ਅਪਾਤ ਕਾਲ ਦੀ ਘੋਸ਼ਣਾ ਕੀਤੀ ਜਾ ਚੁੱਕੀ ਹੈ ਸੋ ਤੁਹਾਨੂੰ ਪਤਾ ਹੋਵੇਗਾ ਠੀਕ ਹੈ ਰਾਸ਼ਟਰੀ ਪਾਤ ਕਾਲ ਜਿਹੜਾ ਹੁੰਦਾ ਹੈ ਤਾਂ ਇਹਦੀ ਕੋਸ਼ਨਾ ਰਾਸ਼ਟਰਪਤੀ ਕਰਦਾ ਤਾਂ ਆਂਸਰ ਬਣੇਗਾ ਹੁਣ ਤੱਕ ਤਿੰਨ ਵਾਰ ਰਾਸ਼ਟਰੀ ਪਾਤ ਕਲ ਦੀ ਕੋਸ਼ਨਾ ਕੀਤੀ ਜਾ ਚੁੱਕੀ ਹੈ ਬੀ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਬੀ ਪਹਿਲੀ ਵਾਰ ਅਕਤੂਬਰ 1962 ਵਿੱਚ ਕੋਸ਼ਨਾ ਕੀਤੀ ਗਈ ਸੀ ਪਹਿਲੀ ਵਾਰ ਇਹ ਪੁੱਛਿਆ ਜਾਂਦਾ ਹੈ ਕਦੋਂ ਕੀਤੀ ਗਈ ਸੀ 1962 ਵਿੱਚ ਕੀਤੀ ਗਈ ਸੀ ਇਸ ਤਰ੍ਹਾਂ ਵਾ ਅਨਸ਼ੇਦ 352 ਦੇ ਤਹਿਤ ਰਾਸ਼ਟਰਪਤੀ ਪਾਤ ਕਲ ਦੀ ਕੋਸ਼ਨਾ ਕਰਦਾ ਹੈ ਰਾਸ਼ਟਰਪਤੀ ਪਾਤ ਕਲ ਦੀ ਰਾਸ਼ਟਰਪਤੀ ਦੁਆਰਾ ਆਪਾਤ ਕਲ ਦੀ ਕੋਸ਼ਨਾ ਕੀਤੀ ਜਾ ਸਕਦੀ ਹੈ ਠੀਕ ਹੈ ਅਨਸ਼ੇਦ 352 ਦੇ ਤਾਤ ਰਾਸ਼ਟਰੀ ਪਾਤਕਾਲ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ ਰਾਸ਼ਟਰਪਤੀ ਦੁਆਰਾ ਸੋ ਇਸ ਪੁਆਇੰਟ ਨੂੰ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਨੈਕਸਟ ਆਪਾਂ ਮੂਵ ਕਰਦੇ ਹਾਂ 8 ਲਿਖਾਂ ਦੇ ਵਿੱਚੋਂ ਕਿਹੜੇ ਅਨਸ਼ੇਦ ਦੇ ਤਾਤ ਸੁਪਰੀਮ ਕੋਰਟ ਦੇ ਵਿੱਚ ਰਿਟ ਜਾਰੀ ਕੀਤੀ ਜਾ ਸਕਦੀ ਹੈ ਪੰਜ ਪ੍ਰਕਾਰ ਦੀ ਰਿਟ ਹੁੰਦੀ ਹੈ ਤੁਹਾਨੂੰ ਪਤਾ ਹੋਵੇਗਾ ਤਾਂ ਗੱਲ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਕਿਹੜੇ ਆਰਟੀਕਲ ਦੇ ਤਹਿਤ ਰਿੱਟ ਜਾਰੀ ਕੀਤੀ ਜਾ ਸਕਦੀ ਹੈ ਤਾਂ ਆਨਸਰ ਬਣੇਗਾ অপਸ਼ਨ ਨੰਬਰ এ ਯਾਨੀ ਕਿ ਆਰਟੀਕਲ 32 ਆਰਟੀਕਲ 32 ਦੇ ਤਹਿਤ ਸੁਪਰੀਮ ਕੋਰਟ ਦੇ ਵਿੱਚ ਰਿੱਟ ਜਾਰੀ ਕੀਤੀ ਜਾ ਸਕਦੀ ਹੈ ਪੰਜ ਤਰੀਕਾ ਨਾਲ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਇੱਕ ਤੁਹਾਨੂੰ ਹੋਰ ਮੈਂ ਪੁਆਇੰਟ ਦੱਸਾਂ ਆਰਟੀਕਲ ਜਿਹੜਾ 32 ਹੈਗਾ ਠੀਕ ਹੈ ਇਸ ਨੂੰ ਸੰਵਿਧਾਨ ਦੀ ਆਤਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਸੰਵਿਧਾਨ ਦਾ ਹਿਰਦੇ ਜਾਂ ਆਤਮਾ ਵੀ ਕਿਹਾ ਜਾਂਦਾ ਹੈ ਤਾਂ ਇਹ ਕਥਨ ਕਹਿਆ ਸੀਗਾ ਡਾਕਟਰ ਬੀ ਆਰ ਅੰਬੇ德ਕਰ ਨੇ ਡਾਕਟਰ ਬੀ ਆਰ ਅੰਬੇ德ਕਰ ਨੇ ਆਰਟੀਕਲ 32 ਨੂੰ ਸੰਵਿਧਾਨ ਦੀ ਆਤਮਾ ਅਤੇ ਹਿਰਦਾ ਵੀ ਕਿਹਾ ਹੈ ਠੀਕ ਹੈ ਇਹ ਪੁਆਇੰਟ ਬਹੁਤ ਵਾਰ ਐਗਜ਼ਾਮ 'ਚ ਰਿਪੀਟ ਹੁੰਦਾ ਹੈ ਖਾਸ ਕਰਕੇ ਪੰਜਾਬ ਦੇ ਪੇਪਰਾਂ ਵਿੱਚ ਸੋ ਇਸ ਪੁਆਇੰਟ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਸੋ ਤੁਹਾਨੂੰ ਮੈਂ ਵਾਰ-ਵਾਰ ਇਹ ਹੀ ਕਹਿੰਦਾ ਹੁੰਦਾ ਕਿ ਜਿਹੜੀ ਚੀਜ਼ ਤੁਹਾਨੂੰ ਨਹੀਂ ਪਤਾ ਹੁੰਦੀ ਤਾਂ ਉਸ ਨੂੰ ਤੁਸੀਂ ਨੋਟ ਜ਼ਰੂਰ ਕਰਨਾ ਹੈ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਤਾਂ ਜਿਹੜੀ ਚੀਜ਼ ਤੁਹਾਨੂੰ ਨਹੀਂ ਪਤਾ ਹੁੰਦਾ ਤਾਂ ਉਸ ਨੂੰ ਤੁਸੀਂ ਨੋਟ ਕਰ ਲੈਣਾ ਜੇਕਰ ਨੋਟ ਨਹੀਂ ਕਰਨਾ ਚਾਹੁੰਦੇ ਐਨੀ ਹਿੰਮਤ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਕਟੋ-ਕਟ ਦੇ ਤਿੰਨ ਤੋਂ ਚਾਰ ਵਾਰ ਤੁਸੀਂ ਦੇਖਣਾ ਹੈ ਫਿਰ ਹੀ ਸਾਰੇ ਕੁਸ਼ਣ ਤੁਹਾਨੂੰ ਯਾਦ ਹੋਣਗੇ ਨੈਕਸਟ ਨੈਕਸਟ ਆਪਣਾ ਕੁਸ਼ਣ ਹੈਗਾ ਕਿਸੇ ਰਾਜ ਦੇ ਵਿੱਚ ਰਾਜਪਾਲ ਦੀ ਜਿਹੜੀ ਨਿਯੁਕਤੀ ਹੈ ਕਿਹੜੇ ਅਨੁਛੇਦ ਦੇ ਤਹਿਤ ਕੀਤੀ ਜਾਂਦੀ ਹੈ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਰਾਜਪਾਲ ਦੀ ਨਿਯੁਕਤੀ ਕਰਦਾ ਹੈ ਭਾਰਤ ਦਾ ਰਾਸ਼ਟਰਪਤੀ ਠੀਕ ਹੈ ਇੱਕ ਹੋਰ ਪੁਆਇੰਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਤੋਂ ਵੱਧ ਰਾਜਾਂ ਦੇ ਜਿਹੜੇ ਹਨ ਰਾਜਪਾਲ ਹੋ ਸਕਦੇ ਨੇ ਯਾਨੀ ਕਿ ਦੋ ਰਾਜਾਂ ਦਾ ਇੱਕੋ ਰਾਜਪਾਲ ਵੀ ਹੋ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਇਹਦੀ ਗੱਲ ਕਰੀਏ ਇੱਥੇ கரੈਕਟ ਆਨਸਰ ਬਣੇਗਾ ਆਪਸ਼ਨ ਨੰਬਰ A ਯਾਨੀ ਕਿ 155 ਦੇ ਤਹਿਤ ਆਰਟੀਕਲ 155 ਦੇ ਤਹਿਤ ਰਾਜਪਾਲ ਦੀ ਨਿਯੁਕਤੀ ਕੀਤੀ ਜਾਂਦੀ ਹੈ ਰਾਸ਼ਟਰਪਤੀ ਦੁਆਰਾ ਅਡਾ ਰਾਸ਼ਟਰਪਤੀ ਦਾ ਕੋਈ ਕਾਰਜਕਾਲ ਨਿਸ਼ਚਿਤ ਨਹੀਂ ਹੈ ਕਿਉਂਕਿ ਰਾਸ਼ਟ ਸੋਰੀ ਰਾਸ਼ਟਰਪਤੀ ਨਹੀਂ ਰਾਜਪਾਲ ਦਾ ਰਾਜਪਾਲ ਦਾ ਕਾਰਜਕਾਲ ਜਿਹੜਾ ਆਪਾਂ ਨਿਸ਼ਚਿਤ ਨਹੀਂ ਗਾ ਸਕਦੇ ਕਿਉਂਕਿ ਰਾਜਪਾਲ ਦਾ ਕਾਰਜਕਾਲ ਡਿਪੈਂਡ ਕਰਦਾ ਹੈ ਰਾਸ਼ਟਰਪਤੀ ਦੀ ਇੱਛਾ ਤੇ ਜੇਕਰ ਰਾਸ਼ਟਰਪਤੀ ਚਾਹੇ ਤਾਂ ਉਸ ਨੂੰ ਉਸ ਤੇ ਅਹੁਦੇ ਤੋਂ ਹਟਾ ਵੀ ਸਕਦਾ ਹੈ ਬਟ ਵੱਧ ਤੋਂ ਵੱਧ ਕਾਰਜਕਾਲ ਹੋ ਸਕਦਾ ਹੈ ਰਾਜਪਾਲ ਦਾ 5 ਸਾਲ ਠੀਕ ਹੈ ਸਪੋਜ਼ ਤੁਹਾਨੂੰ ਆਪਸ਼ਨ 5 ਸਾਲ ਵੀ ਮਿਲਦਾ ਹੈ ਐਂਡ ਇੱਕ ਆਪਸ਼ਨ ਤੁਹਾਨੂੰ ਮਿਲਦੀ ਹੈ ਰਾਸ਼ਟਰਪਤੀ ਦੀ ਇੱਛਾ ਤੇ ਨਿਰਭਰ ਕਰਦਾ ਹੈ ਤਾਂ ਉਹੀ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਬਟ ਜੇਕਰ ਉਹ ਤੁਹਾਨੂੰ ਆਪਸ਼ਨ ਨਹੀਂ ਮਿਲਦੀ ਤਾਂ ਫਿਰ ਪੇਪਰ ਵਿੱਚ ਆਨਸਰ ਟਿਕ ਕਰਕੇ ਆਉਣਾ ਹੈ 5 ਸਾਲ ਹੋ ਸਕਦਾ ਹੈ ਰਾਜਪਾਲ ਦਾ ਕਾਰਜਕਾਲ ਨੈਕਸਟ ਰਾਜਪਾਲ ਦਾ ਵੱਧ ਤੋਂ ਵੱਧ ਕਾਰਜਕਾਲ 5 ਸਾਲ ਹੋ ਸਕਦਾ ਹੈ विधान परिषद ਦਾ ਜਿਹੜਾ ਕਾਰਜਕਾਲ ਹੈ ਕਿੰਨਾ ਹੁੰਦਾ ਹੈ 5 ਸਾਲ 4 ਸਾਲ 6 ਸਾਲ ਜਾਂ 8 ਸਾਲ ਤਾਂ ਇੱਥੇ கரੈਕਟ ਆਨਸਰ ਬਣੇਗਾ অপਸ਼ਨ ਨੰਬਰ ਸੀ ਯਾਨੀ ਕਿ 6 ਸਾਲ ਸੋ ਤੁਹਾਨੂੰ ਪਤਾ ਹੈ ਵੈਸੇ ਆਪਣੇ ਪੰਜਾਬ ਦੇ ਵਿੱਚ ਵਿਧਾਨ ਪਰਿਸ਼ਦ ਨਹੀਂ ਹੈ ਕੁਝ ਕੋਈ ਸਟੇਟ ਹਨ ਜਿੱਥੇ ਵਿਧਾਨ ਪਰਿਸ਼ਦ ਹੈਗੀ ਹੈ ਜਿਵੇਂ ਕਿ ਉੱਤਰ ਪ੍ਰਦੇਸ਼ ਹੋ ਗਿਆ ਬਿਆਰ ਹੋ ਗਿਆ ਮਹਾਰਾਸ਼ਟਰ ਹੋ ਗਿਆ ਤਾਂ ਇੱਥੇ ਵਿਧਾਨ ਪਰਿਸ਼ਦ ਹੈਗੀ ਹੈ ਤਾਂ ਜੇਕਰ ਆਪਾਂ ਗੱਲ ਕਰੀਏ ਇਹਦਾ ਕਾਰਜਕਾਲ ਹੁੰਦਾ ਹੈ 6 ਸਾਲ ਬਟ ਜੇਕਰ ਵਿਧਾਨ ਸਭਾ ਪੁੱਛ ਲਈ ਜਾਵੇ ਤਾਂ ਵਿਧਾਨ ਸਭਾ ਦਾ ਜਿਹੜਾ ਕਾਰਜਕਾਲ ਹੈ ਉਹ 5 ਸਾਲਾਂ ਦਾ ਹੁੰਦਾ ਹੈ ਐਡ ਕਿਸੇ ਵੀ ਰਾਜ ਦੇ ਵਿੱਚ ਜਿਹੜਾ ਮਨੀ ਬਿੱਲ ਹੁੰਦਾ ਤਨ ਬਿੱਲ ਹੁੰਦਾ ਹੈ ਤਾਂ ਪੇਸ਼ ਕੀਤਾ ਜਾਂਦਾ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਵਿਧਾਨ ਪ੍ਰੀਸ਼ਦ ਇੱਕ ਸਥਾਈ ਸਦਨਾ ਹੈ ਇਸ ਕਰਕੇ ਇਸ ਨੂੰ ਪੰਗ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਰਾਜ ਸਭਾ ਨੂੰ ਪੰਗ ਨਹੀਂ ਕੀਤਾ ਜਾ ਸਕਦਾ ਉਸੇ ਤਰ੍ਹਾਂ ਵਿਧਾਨ ਪ੍ਰੀਸ਼ਦ ਨੂੰ ਪੰਗ ਨਹੀਂ ਕੀਤਾ ਜਾ ਸਕਦਾ ਬਟ ਵਿਧਾਨ ਸਭਾ ਨੂੰ ਜ਼ਰੂਰ ਪੰਗ ਕੀਤਾ ਜਾ ਸਕਦਾ ਹੈ ਇਸ ਦੀਆਂ ਚੋਣਾਂ ਆ ਸਿੱਧੇ ਤੌਰ ਤੇ ਕੀਤੀਆਂ ਜਾਂਦੀਆਂ ਹਨ ਪੇਪਰ ਦੇ ਵਿੱਚ ਕੁਸ਼ਨ ਬਣੇਗਾ ਕਿ ਵਿਧਾਨਪ੍ਰੀਸ਼ਦ ਦੀ ਜਿਹੜੀਆਂ ਚੋਣਾਂ ਹੁੰਦੀਆਂ ਹਨ ਉਹ ਕਿਸ ਢੰਗ ਨਾਲ ਹੁੰਦੀਆਂ ਹਨ ਉੱਥੇ ਆਪਸ਼ਨ ਦਿੱਤੀਆਂ ਹੋਣਗੀਆਂ ਸਿੱਧੇ ਤੌਰ ਤੇ ਆ ਸਿੱਧੇ ਤੌਰ ਤੇ ਲੋਕਾਂ ਦੁਆਰਾ ਜਾਂ ਕੋਈ ਹੋਰ ਵੀ ਆਪਸ਼ਨ ਹੋ ਸਕਦੀ ਹੈ ਤਾਂ ਪੇਪਰ ਵਿੱਚ ਆਨਸਰ ਟਿਕ ਕਰਕੇ ਆਉਣਾ ਹੈ ਇਨਡਾਇਰੈਕਟ ਇਨਡਾਇਰੈਕਟ ਤਰੀਕੇ ਦੇ ਨਾਲ ਯਾਨੀ ਕਿ ਆਸਿੱਧੇ ਤਰੀਕੇ ਨਾਲ ਇਸ ਦੀਆਂ ਚੋਣਾਂ ਹੁੰਦੀਆਂ ਹਨ ਨੈਕਸਟ ਆਪਾਂ ਦੇਖਦੇ ਹਾਂ ਹਾਂਜੀ ਕਿਸੇ ਰਾਜ ਦੇ ਵਿੱਚ ਵਿਧਾਨ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ ਠੀਕ ਹੈ ਕੋਈ ਵੀ ਰਾਜ ਦੀ ਜਿਹੜੀ ਵਿਧਾਨ ਸਭਾ ਹੈਗੀ ਆ ਉੱਥੇ ਜੇਕਰ ਆਪਾਂ ਗੱਲ ਕਰੀਏ ਵੱਧ ਤੋਂ ਵੱਧ ਮੈਂਬਰ ਹੋ ਸਕਦੇ ਨੇ 520 ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ 500 ਮੈਂਬਰ ਹੋ ਸਕਦੇ ਹਨ ਇਸ ਤੋਂ ਵੱ ਘੱਟ ਤੋਂ ਘੱਟ ਜੇਕਰ ਮੈਂਬਰ ਪੁੱਛ ਲਿਆ ਜਾਵੇ ਤਾਂ 60 ਹੋ ਸਕਦੇ ਨੇ ਬਟ ਕੁਝ ਕੁ ਸਟੇਟਾਂ ਦਾ અપવાદ ਵੀ ਹੈਗਾ ਜਿੱਥੇ 60 ਤੋਂ ਮੈਂਬਰ ਵੀ ਘੱਟ ਹਨ ਠੀਕ ਹੈ ਜਿਹੜੀਆਂ ਈਸਟ ਵਾਲੀ ਸਟੇਟਾਂ ਹਨ ਇੱਧਰ ਤਿੰਨ ਚਾਰ ਸਟੇਟਾਂ ਹਨ ਤਾਂ ਉੱਥੇ ਜਿਹੜੇ ਚ 60 ਮੈਂ ਪ੍ਰਤੂਈ ਕਟ ਮੈਂਬਰ ਹਨ ਵਿਧਾਨ ਸਭਾ ਦੇ ਇਸ ਤਰ੍ਹਾਂ ਪੰਜਾਬ ਰਾਜ ਦੇ ਵਿੱਚ ਕੇਵਲ ਵਿਧਾਨ ਸਭਾ ਹੈਗੀ ਆ ਪੰਜਾਬ ਵਿੱਚ ਵਿਧਾਨ ਸਭਾ ਸੀਟਾਂ ਦੀ ਗਿਣਤੀ ਹੈਗੀ ਆ 117 ਕਿੰਨੀਆਂ ਹਨ ਸੀਟਾਂ ਪੰਜਾਬ ਦੇ ਵਿੱਚ 117 ਲੋਕ ਸਭਾ ਸੀਟਾਂ ਦੀ ਕੁੱਲ ਗਿਣਤੀ ਹੈਗੀ ਆ 13 ਤੇ ਰਾਜ ਸਭਾ ਸੀਟਾਂ ਦੀ ਕੁੱਲ ਗਿਣਤੀ ਹੈਗੀ ਆ 7 ਜੋ ਜਿੰਨੇ ਵੀ ਤੁਹਾਨੂੰ ਮੈਂ ਪੁਆਇੰਟ ਦੱਸਦਾ ਹੋਣਾ ਇਹਨਾਂ ਨੂੰ ਤੁਸੀਂ ਨੋਟ ਜਰੂਰ ਕਰਨਾ ਹੈ ਨੈਕਸਟ ਆਪਣਾ ਕੁਸ਼ਨ ਹੈਗਾ ਕਿਸੇ ਰਾਜ ਦੇ ਮੁੱਖ ਮੰਤਰੀ ਨੂੰ ਸੌ ਕਿਸ ਦੁਆਰਾ ਚੁਕਾਈ ਜਾਂਦੀ ਹੈ ਹਾਈ ਕੋਰਟ ਦਾ ਮੁੱਖ ਜੱਜ ਕੇਵਲ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੀ ਸਲਾਹ ਤੇ ਸਲਾਹ ਨਾਲ ਰਾਸ਼ਟਰਪਤੀ ਚੁਕਾਉਂਦਾ ਹੈ ਜਾਂ ਰਾਜਪਾਲ ਤਾਂ ਕਿਸੇ ਵੀ ਰਾਜ ਦੇ ਮੁੱਖ ਮੰਤਰੀ ਜੁੜੀ ਸੌ ਹੈ ਉਹ ਚੁਕਾਈ ਜਾਂਦੀ ਹੈ ਰਾਜਪਾਲ ਦੁਆਰਾ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਰਾਜਪਾਲ ਨੈਕਸਟ ਆਪਣਾ ਕੁਐਸਚਨ ਹੈਗਾ ਲਿਖਤੀ ਸੰਵਿਧਾਨ ਦੀ ਜਾਣਕਾਰੀ ਭਾਰਤ ਦੇ ਕਿਹੜੇ ਭਾਰਤ ਨੇ ਕਿਹੜੇ ਦੇਸ਼ ਤੋਂ ਲਈ ਅਬਰਟੇਨ ਅਮਰੀਕਾ ਫਰਾਂਸ ਜਾਂ ਰੂਸ ਤਾਂ ਇੱਥੇ ਜਿਹੜੇ ਆਪਣਾ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਬੀ ਯਾਨਕੀ ਅਮਰੀਕਾ ਹਾਂਜੀ ਲਿਖਤੀ ਸੰਵਿਧਾਨ ਦੀ ਜਿਹੜੀ ਜਾਣਕਾਰੀ ਆਪਾਂ ਕਿਹੜੇ ਦੇਸ਼ ਤੋਂ ਲਈ ਆ ਭਾਰਤ ਨੇ ਸੰਵਿਧਾਨ ਦੀ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨਕੀ ਅਮਰੀਕਾ ਦੇਸ਼ ਤੋਂ ਆਪਾਂ ਲਈ ਹੈ ਬੀ ਇੱਥੇ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਆਪਸ਼ਨ ਨੰਬਰ ਬੀ ਨੈਕਸਟ ਆਪਣਾ ਕੁਐਸਚਨ ਹੈਗਾ ਸੰਪਤੀ ਦੇ ਅਧਿਕਾਰ ਨੂੰ ਮੂਲ ਅਧਿਕਾਰਾਂ ਵਿੱਚੋਂ ਕਦੋਂ ਹਟਾਇਆ ਗਿਆ ਸੀਗਾ ਆ ਕੁਐਸ਼ਨ ਤਾਂ ਪੰਜਾਬ ਦੇ ਪੇਪਰਾਂ ਦਾ ਫੇਵਰਟ ਕੁਐਸ਼ਨ ਹੈ ਤੁਸੀਂ ਕੋਈ ਵੀ ਪੇਪਰ ਉਠਾ ਕੇ ਦੇਖ ਲਓ ਜਿੰਨੇ ਵੀ ਪੇਪਰ ਪਿੱਛੇ ਹੋ ਚੁੱਕੇ ਹਨ ਬਹੁਤ ਹੀ ਵਾਰ ਇਹ ਕੁਐਸ਼ਨ ਰਿਪੀਟ ਹੁੰਦਾ ਹੈ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ 1978 ਦੇ ਵਿੱਚ ਸੰਪਤੀ ਦੇ ਅਧਿਕਾਰ ਨੂੰ ਮੂਲ ਅਧਿਕਾਰਾਂ ਵਿੱਚੋਂ ਹਟਾ ਦਿੱਤਾ ਗਿਆ ਸੀਗਾ ਸੀ ਇੱਥੇ ਕਰੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਇਸ ਤਰ੍ਹਾਂ ਜਿੱਕਰ ਆਪਾਂ ਗੱਲ ਕਰੀਏ ਇਸ ਨੂੰ ਇੱਕ ਕਾਨੂੰਨੀ ਅਧਿਕਾਰ ਬਣਾ ਕੇ ਆਰਟੀਕਲ 30A ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਕਿਹੜੇ ਆਰਟੀਕਲ ਦੇ ਵਿੱਚ ਸ਼ਾਮਿਲ ਕੀਤਾ ਗਿਆ 300 A ਦੇ ਵਿੱਚ ਸ਼ਾਮਿਲ ਕੀਤਾ ਗਿਆ ਐਂਡ ਜਦੋਂ ਮੂਲ ਅਧਿਕਾਰ ਆਏ ਸਨ ਸੰਵਿਧਾਨ ਦੇ ਵਿੱਚ ਉਸ ਸਮੇਂ ਇਹਨਾਂ ਦੀ ਗਿਣਤੀ ਸੀਗੀ 7 ਹੁਣ ਕਿੰਨੀ ਗਿਣਤੀ ਰਹਿ ਗਈ ਹੁਣ ਇਹਨਾਂ ਦੀ 6 ਗਿਣਤੀ ਰਹਿ ਗਈ ਹੈ ਇਸ ਤਰ੍ਹਾਂ ਇਹ ਅਧਿਕਾਰ ਪਹਿਲਾਂ ਅਨੁਸ਼ੇਦ 31 ਦੇ ਵਿੱਚ ਆਉਂਦਾ ਸੀ ਡਾਇਰੈਕਟ ਕੁਸ਼ਨ ਪੇਪਰ ਦੇ ਵਿੱਚ ਕੁਸ਼ਨ ਬਣੇਗਾ ਪੇਪਰ ਦੇ ਵਿੱਚ ਕਿ ਸੰਪਤੀ ਦਾ ਅਧਿਕਾਰ ਪਹਿਲਾਂ ਕਿਹੜੇ ਆਰਟੀਕਲ ਦੇ ਤਹਿਤ ਆਉਂਦਾ ਸੀ ਜਾਂ ਕਿਹੜੇ ਮੂਲ ਅਧਿਕਾਰ ਦੇ ਵਿੱਚ ਆਉਂਦਾ ਸੀ ਤਾਂ ਸਰ ਟਿੱਕਾ ਕਰ ਕਾਉਣਾ ਆਰਟੀਕਲ 31 ਦੇ ਤਹਿਤ ਆਉਂਦਾ ਸੀ ਬਟ ਹੁਣ ਇਸ ਨੂੰ ਹਟਾ ਕੇ ਇੱਕ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਆਰਟੀ 30A ਦੇ ਵਿੱਚ ਹੁਣ ਇਸ ਨੂੰ ਸ਼ਾਮਿਲ ਕਰ ਦਿੱਤਾ ਗਿਆ 1978 ਦੇ ਵਿੱਚ ਨੈਕਸਟ ਆਪਣਾ ਕੁਸ਼ਨ ਹੈ ਕਿਹੜੇ ਅਨੁਸ਼ੇਧ ਦੇ ਤਹਿਤ ਉਪਾਧੀਆਂ ਦੀ ਜਿਹੜੀ ਮਨਾਈ ਦੀ ਗੱਲ ਕੀਤੀ ਗਈ ਹੈ 18 19 17 17 ਜਾਂ 16 ਤਾਂ ਇੱਥੇ ਕਰੈਕਟ ਆਨਸਰ ਬਣੇਗਾ 18 ਆਰਟੀਕਲ 18 ਦੇ ਤਹਿਤ ਜਿਹੜਾ ਟਾਈਟਲਸ ਵਗੈਰਾ ਹੁੰਦੇ ਹਨ ਠੀਕ ਹੈ ਉਹਨਾਂ ਦੀ ਮਨਾਈ ਦੀ ਗੱਲ ਕੀਤੀ ਗਈ ਹੈ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਯਾਨੀ ਕਿ ਜਿਹੜੀਆਂ ਉਪਾਧੀਆਂ ਮਿਲਦੀਆਂ ਹਨ ਤਾਂ ਇਹ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ ਇਹਦੇ ਵੀ ਕੁਝ ਉਪਵਾਦ ਹਨ ਜਿਵੇਂ ਕਿ ਸੈਨਾ ਦੇ ਵਿੱਚ ਜਿਹੜੀ ਹੈ उपाधि ਮਿਲ ਸਕਦੀ ਹੈ ਤਾਂ ਇਹ ਇੱਥੇ ਕਰੈਕਟ ਆਂਸਰ ਬਣੇਗਾ ਅਨੁਸ਼ੇਦ 17 ਦੇ ਤਹਿਤ ਸ਼ੂਤ ਸ਼ਾਦੀ ਮਨਾਾਈ ਦੀ ਗੱਲ ਕੀਤੀ ਗਈ ਹੈ ਅਨਟੱਚਬਿਲਟੀ ਦੀ ਇਸ ਤੋਂ ਇਲਾਵਾ ਅਨੁਸ਼ੇਦ 16 ਦੇ ਤਹਿਤ ਬਰਾਬਰ ਮੌਕੇ ਦੇ ਅਧਿਕਾਰ ਸਬੰਧੀ ਜਾਣਕਾਰੀ ਮਿਲਦੀ ਹੈ ਅਨੁਸ਼ੇਦ 15 ਦੇ ਤਹਿਤ ਵਿਤਕਰੇ ਦੀ ਮਨਾਾਈ ਦੀ ਗੱਲ ਕੀਤੀ ਗਈ ਹੈ ਠੀਕ ਹੈ ਜਿੰਨੇ ਵੀ ਇੱਥੇ ਆਰਟੀਕਲ ਮੈਚਨ ਕੀਤੇ ਉਹਨਾਂ ਇਹਨਾਂ ਵਿੱਚੋਂ ਇੱਕ ਕੋਸ਼ਣ ਤਾਂ ਆਪਣੇ ਪੇਪਰ ਦੇ ਵਿੱਚ ਜ਼ਰੂਰ ਹੀ ਬੰਦਾ ਹੈ ਕੋਈ ਵੀ ਤੁਸੀਂ ਪੇਪਰ ਠਾ ਕੇ ਦੇਖੋ ਨੈਕਸਟ ਆਪਾਂ ਵੀਡੀਓ ਦਾ ਲਾਸਟ ਕੋਸ਼ਣ ਦੇਖ ਲੈਂਦੇ ਆ ਰਾਜ ਸਰਕਾਰ ਦੇ ਰਾਜ ਸਰਕਾਰ ਦੇ ਅਸਲ ਕਾਰਜਕਾਰੀ ਮੁਖੀ ਕੌਣ ਮੰਨੇ ਜਾਂਦੇ ਹਨ ਕੇਵਲ ਰਾਸ਼ਟਰਪਤੀ ਰਾਜਪਾਲ ਵਿਧਾਨ ਸਭਾ ਦੇ ਸਪੀਕਰ ਜਾਂ ਮੁੱਖ ਮੰਤਰੀ ਸੋ ਗੱਲ ਕੀਤੀ ਜਾ ਰਹੀ ਹੈ ਰਾਜ ਸਰਕਾਰ ਦੇ ਅਸਲ ਕਾਰਜਕਾਰੀ ਮੁਖੀ ਸੋ ਕਾਰਜਕਾਰੀ ਮੁਖੀ ਯਾਨੀ ਕਿ ਜਿਹੜੇ ਕਾਰਜ ਕਰਦੇ ਹਨ ਕਾਰਜ ਕੌਣ ਕਰਦੇ ਹਨ ਮੁੱਖ ਮੰਤਰੀ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਨਾ ਮਾਤਰ ਦੇ ਜਿਹੜੇ ਮੁਖੀ ਮੰਨੇ ਜਾਂਦੇ ਹਨ ਰਾਸ਼ ਕਰਦੇ ਹੋ ਹੁੰਦੇ ਹਨ ਰਾਜਪਾਲ ਨੈਕਸਟ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਪੁੱਛ ਲੈ ਜਾਣ ਪੇਪਰ ਵਿੱਚ ਗੋਪੀ ਚੰਦ ਪਾਰਗਵ ਤੇ ਨਵੇਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗਾਨੀ ਗੁਰਮੁਖ ਸਿੰਘ ਮੁਸਾਫਿਰ ਐਂਡ ਪੰਜਾਬ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਪੁਛਲੀ ਜਵੇ ਤਰਜਿੰਦਰ ਕੌਰ ਪਠੱਲ ਸੀਗੀ ਠੀਕ ਹੈ ਇਹਨਾਂ ਪੁਆਇੰਟਾਂ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ ਇਹ ਵੀ ਕੁਸ਼ਨ ਪੇਪਰ ਦੇ ਵਿੱਚ ਆ ਸਕਦਾ ਹੈ ਸੋ ਇਸ ਦੇ ਨਾਲ ਹੀ ਅੱਜ ਦੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਸੋ ਮੈਂ ਇੰਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫੁਲ ਲੱਗੀ ਹੋਵੇਗੀ ਸੋ ਜੇਕਰ ਹੈਲਪਫੁਲ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਤੁਸੀਂ ਬਾਤ ਬਾਤੇ ਸ਼ੇਅਰ ਜ਼ਰੂਰ ਕਰਨਾ ਹੈ ਅਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅੱਗੇ ਵੀ ਤੁਹਾਨੂੰ ਬਹੁਤ ਸਾਰੀਆਂ ਕਲਾਸਾਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਐਂਡ ਵੀਡੀਓ ਨੂੰ ਵਾਤਵਾਦੀ ਸ਼ੇਅਰ ਵੀ ਕਰਨਾ ਹੈ ਇਸ ਤਰ੍ਹਾਂ ਜਿਹੜਾ ਨੋਟਸ ਲੈਣਾ ਚਾਹੁੰਦੇ ਹੋ ਯਾਨੀ ਕਿ ਮੋਕ ਟੈਸਟ ਲੈਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਤੁਹਾਨੂੰ ਦੱਸ ਚੁੱਕਿਆ ਉਸ ਨੰਬਰ ਤੇ ਜਾ ਤਾਂ ਤੁਸੀਂ ਕਾਲ ਕਰਨੀ ਹੈ ਜਾਂ WhatsApp ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਮੋਕ ਟੈਸਟ ਰਿਗਾਰਡਿੰਗ ਹਰੇਕ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਸੋ ਦੁਬਾਰਾ ਮੈਂ ਫਿਰ ਕਹਿਣਾ ਚਾਹੁੰਦਾ ਪੇਪਰ ਵਿੱਚ ਜਾਣ ਤੋਂ ਪਹਿਲਾਂ ਮੋਕ ਟੈਸਟ ਲਗਾਉਣੇ ਬਹੁਤ ਹੀ ਜ਼ਰੂਰੀ ਹੁੰਦੇ ਹਨ ਜੇਕਰ ਤੁਹਾਡਾ ਵੀ ਸੁਪਨਾ ਹੈ ਕਿ ਇਸ ਵਾਰ ਪੇਪਰ ਨੂੰ ਕਰੈਕ ਕਰਨਾ ਹੈ ਜਾਂ ਸੀ ਨੌਕਰੀ ਲੱਗਣਾ ਹੈ ਤਾਂ ਮੋਕ ਟੈਸਟ ਤੁਸੀਂ ਜ਼ਰੂਰ ਲਗਾਓ ਕਿਉਂਕ ਨੈਕਸਟ ਪੇਪਰ ਵਿੱਚ ਪਹੁੰਚਾਵੇਗਾ ਯਾਨੀ ਕਿ ਪਹਿਲਾ ਪੇਪਰ ਜੇਕਰ ਕੁਆਲੀਫਾਈ ਕਰ ਲੈਂਦੇ ਹੋ ਤਾਂ ਹੀ ਤੁਸੀਂ ਦੂਜੇ ਪੇਪਰ ਤੱਕ ਪਹੁੰਚ ਸਕੋਗੇ ਠੀਕ ਹੈ ਤਾਂ ਹੁਣ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ